ਕਲਵੰਤ ਸਿੰਘ ਨਾਲ ਤੁਸੀਂ ਕਿਹਾ ਦੀ ਵੀ ਜੁੜਨ ਦਾ ਕਾਰਨ ਕੀ ਹੈ? ਕਲਵੰਤ ਸਿੰਘ ਨਾਲ ਜੁੜਨ ਦਾ ਕਾਰਨ ਇਹ ਹੈ, ਦੇਖੋ ਮੈਂ 3 ਵਾਰੀ ਐਮਸੀ ਬਣਿਆ 11 ਫੇਜ਼ ਦੇ ਵਿੱਚੋਂ। ਜਦੋਂ ਅਸੀਂ 1995 ਦੇ ਵਿੱਚ 2000 ਦੇ ਵਿੱਚ ਇਕੱਠੇ ਹੋਏ ਸੀਗੇ ਤਾਂ ਅਸੀਂ ਇੱਕ 3 ਬੰਦਿਆਂ ਤੋਂ ਗਰੁੱਪ ਸ਼ੁਰੂ ਕਰਕੇ ਕਲਵੰਤ ਸਿੰਘ ਕੋਲੇ ਗਏ, ਉਹਨਾਂ ਨੂੰ ਆਪਦਾ ਅਸੀਂ ਲੀਡਰ ਬਣਾ ਕੇ ਅੱਗੇ ਤੋਰਿਆ। ਰਾਤੇ ਰਾਤ ਅਸੀਂ 11 ਐਮਸੀ ਇਕੱਠੇ ਹੋ ਗਏ ਸੀ, ਕਿਉਂਕਿ ਬਹੁਤ ਵਧੀਆ ਅਕਸ ਵਾਲਾ ਉਹ ਇਨਸਾਨ ਹੈਗਾ, ਵਧੀਆ ਇਨਸਾਨ ਹੋਣ ਦੇ ਨਾਤੇ ਉਹ ਅੱਜ ਤੱਕ ਮੋਹਾਲੀ ਦਾ ਮਲ ਵਧੀਆ ਮਲ ਪ੍ਰਧਾਨ ਵੀ ਰਿਹਾ ਹੈਗਾ, ਔਰ ਜਿਹੜੀ ਸਾਡੀ ਕੌਂਸਲ ਬਣੀ ਸੀਗੀ ਉਹਦੇ ਉਹ ਮੇਅਰ ਵੀ ਰਹੇ ਨੇ ਪਹਿਲੇ, ਜਿਹੜੀ ਮਿਊਂਸੀਪਲ ਕਾਰਪੋਰੇਸ਼ਨ ਬਣੀ ਸੀਗੀ ਮੋਹਾਲੀ ਦੇ ਵਿੱਚ। ਇੰਨੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਵੀ ਹੁਣ ਦੇਖ ਲਓ ਤੁਸੀਂ, ਜਦ ਦਾ ਆਹ ਗੁੰਡਾ ਰਾਜ ਆਇਆ ਗਾ ਇਲੈਕਸ਼ਨਾਂ ਦੇ ਵਿੱਚ ਬੂਥ ਕੈਪਚਰਿੰਗ ਕਰਕੇ, ਇਹਨਾਂ ਨੇ ਮੋਹਾਲੀ ਦਾ ਬੁਰਾ ਹਾਲ ਕਰਤਾ, ਮੋਹਾਲੀ ਸਾਰੀ ਪੱਟ ਪੱਟ ਕੇ ਬੁਰਾ ਹਾਲ ਕੀਤਾ ਪਿਆ। ਕਿਤੇ ਵੀ ਸੜਕ ਦੇ ਵਿੱਚ ਚਲੇ ਜਾਓ ਖੱਡੇ ਹੀ ਖੱਡੇ ਨੇ, ਕੋਈ ਕੰਮ ਨਹੀਂ। ਇਹਨੇ ਇੱਕ ਲਾਰਾ ਲਾਇਆ ਸੀ ਨੀਡ ਵੇਸਟ ਪੋਲਿਸੀ ਦਾ ਲੋਕਾਂ ਨੂੰ, ਇੱਕ ਲਾਇਆ ਸੀ ਹਾਊਸ ਟੈਕਸ ਦਾ, ਨਾ ਤਾਂ ਇਹ ਤੋਂ ਹਾਊਸ ਟੈਕਸ ਮਲ ਹੋਇਆ ਕਲੀਅਰ, ਨਾ ਇਹ ਤੋਂ ਨੀਡ ਵੇਸਟ ਪੋਲਿਸੀ ਹੋਈ ਹੈ। ਨੀਡ ਵੇਸਟ ਪੋਲਿਸੀ ਹਾਲਾਂਕਿ ਪਹਿਲਾਂ ਇੱਕ ਵਾਰੀ ਲਾਗੂ ਹੋ ਚੁੱਕੀ ਸੀਗੀ ਜਿਹਦੇ 'ਤੇ ਮੇਰੇ ਵੀ ਦਸਤਖਤ ਸੀਗੇ, ਪਰ ਇਹ ਉਹ ਵੀ ਨਹੀਂ ਕਰਾ ਸਕਿਆ। ਲੋਕਾਂ ਨੂੰ ਲਾਰੇ ਲਾ ਕੇ ਗਿਆ ਸੀਗਾ ਵੀ ਮੈਂ ਮੰਤਰੀ ਬਣਨ ਸਾਰ 1 ਮਹੀਨੇ 'ਚ ਨੀਡ ਵੇਸਟ ਪੋਲਿਸੀ ਲਾਗੂ ਕਰਵਾ ਦਿਆਂਗਾ। ਅੱਜ ਇਹਦਾ ਜਲੂਸ ਨਿਕਲਿਆ ਪਿਆ, ਇਹ ਰੈਲੀਆਂ ਵੱਡੀਆਂ ਕਰ ਨਹੀਂ ਰਿਹਾ, ਲੋਕਾਂ ਦੇ ਜਾ ਕੇ ਪੈਰ ਫੜਦਾ, ਇਹਨੂੰ ਪੈਰ ਫੜਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਮਾੜੇ ਕੰਮ ਕੀਤੇ ਨੇਗੇ। ਪੂਰੇ ਸਾਡੇ ਇਲਾਕੇ ਦੀ ਬਦਨਾਮੀ ਹੋ ਗਈ, ਇਹਨਾਂ ਨੇ ਕਰਪਟ ਮਲ ਜਿਹੜੇ ਕਰਪਸ਼ਨ ਵਾਲੇ 5 ਮੰਤਰੀ ਜਿਹੜੇ ਬਾਹਰ ਕੱਢੇ ਸੀਗੇ ਕਾਂਗਰਸ ਨੇ, ਉਹਦੇ ਵਿੱਚੋਂ ਬਲਬੀਰ ਸਿੱਧੂ ਦਾ ਵੀ ਨਾਂ ਸੀਗਾ। ਉਹਦੇ ਨਾਲ ਇਕੱਲੀ ਇਹਦੀ ਬਦਨਾਮੀ ਨਹੀਂ ਹੋਈ, ਸਾਡੇ ਪੂਰੇ ਏਰੀਏ ਦੀ ਬਦਨਾਮੀ ਹੋਈ ਹੈਗੀ। ਲੋਕ ਕਹਿੰਦੇ ਨੇ ਵੀ ਮੋਹਾਲੀ ਇੰਨਾ ਵਧੀਆ ਸ਼ਹਿਰ ਹੈ ਵੀ ਤੁਸੀਂ ਇੰਨਾ ਮਲ ਕਰਪਸ਼ਨ ਵਾਲਾ ਬੰਦਾ ਜਿਹੜਾ ਚੁਣਿਆ ਹੁਣ, ਸੋ ਇਸ ਕਰਕੇ ਅਸੀਂ ਗਲਤੀ ਨਹੀਂ ਕਰਾਂਗੇ। ਅਸੀਂ ਪਹਿਲਾਂ ਸਾਡੇ ਕੋਲ ਕੋਈ ਬਦਲ ਨਹੀਂ ਸੀਗਾ, ਅਸੀਂ ਸਾਰੇ 2 ਪਾਰਟੀਆਂ ਦੇ ਵਿੱਚ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ ਹੀ ਆਏ ਹੋਏ ਹਾਂ, ਇਹਨਾਂ ਤੋਂ ਦੁਖੀ ਹੋਏ ਅਸੀਂ ਆਏ ਹਾਂਗੇ। ਹੁਣ ਅਸੀਂ ਦੋਨਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਵਾਂਗੇ, ਅਸੀਂ ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਪੂਰੇ ਜੋਸ਼ ਕਰੋਸ਼ ਨਾਲ ਪੰਜਾਬ ਦੇ ਵਿੱਚ ਬਲ ਸਰਕਾਰ ਬਣਾਉਣ ਜਾ ਰਹੀ ਹੈ, ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਉਣ ਵਾਲੇ ਟਾਈਮ ਦੇ ਵਿੱਚ ਮੁੱਖ ਮੰਤਰੀ ਬਣਨ ਵਾਲੇ ਆ, ਉਸ ਪਾਰਟੀ ਨਾਲ ਆਪ ਮਹਾਰੇ ਲੋਕ ਜੁੜ ਰਹੇ ਨੇ। ਮੇਰੀ ਡਿਊਟੀ ਸਾਡੇ ਉਮੀਦਵਾਰ ਨਾਲ ਪਿੰਡਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਵੇਂ ਹੜ੍ਹ ਆ ਜਾਂਦਾ ਹੈਗਾ, ਬਾੜਾ ਜਿਹਾ ਪਤਾ ਲੱਗੇ ਵੀ ਇਸ ਪਿੰਡ ਦੇ ਵਿੱਚ ਉਮੀਦਵਾਰ ਨੇ ਆਉਣਾ ਹੈਗਾ, ਆਪ ਮਹਾਰੇ ਇਕੱਠ ਹੁੰਦਾ, ਇੰਨਾ ਇਕੱਠ ਹੁੰਦਾ ਵੀ ਪੁੱਛੋ ਕੁਛ ਨਾ, ਤੁਸੀਂ ਜੋ ਮਰਜ਼ੀ ਦੇਖ ਲਓ। ਪਰ ਹੁਣ ਇਹਨਾਂ ਨੂੰ ਰੋਕ ਨਹੀਂ ਸਕਦਾ, ਇਸ ਜਿਹੜਾ ਲਹਿਰ ਨੂੰ ਕੋਈ ਰੋਕ ਨਹੀਂ ਸਕਦਾ। ਜਿਵੇਂ ਭਗਵੰਤ ਮਾਨ ਨੂੰ ਮਲ ਮੁੱਖ ਮੰਤਰੀ ਬਣਾਉਣ ਲਈ ਕੋਈ ਰੋਕ ਨਹੀਂ ਸਕਦਾ, ਹੁਣ ਜਿਵੇਂ ਉਹ ਮਲ ਉਹਨੇ ਇੱਕ ਗਾਣਾ ਗਾਇਆ ਕਿ ਤੇਰੇ ਯਾਰ ਨੂੰ ਮਲ ਰੋਕਣ ਨੂੰ ਫਿਰਦੇ ਨੇ, ਹੁਣ ਰੁਕਦਾ ਨਹੀਂ, ਹੈ ਨਾ, ਹੁਣ ਉਹ ਗੱਲ ਹੋਈ ਵੀ ਹੈ, ਹੁਣ ਨਹੀਂ ਉਹ ਰੁਕਦਾ, ਹੁਣ ਉਹ ਆ ਰਿਹਾ, ਇੱਕ ਦਿਨ ਦੇ ਵਿੱਚ 20-20 ਰੈਲੀਆਂ ਕਰ ਰਿਹਾ ਹੈਗਾ। ਪਹਿਲਾਂ ਇਹ ਮਜ਼ਾਕ ਕਰਦੇ ਸੀਗੇ ਵੀ ਇਹ ਜੀ ਇੱਦਾਂ ਇੱਦਾਂ, ਉਹ ਸੰਗਰੂਰ ਜ਼ਿਲ੍ਹੇ ਤੋਂ 2 ਵਾਰੀ ਜਿਹੜਾ MP ਬਣ ਚੁੱਕਿਆ, ਉਹ ਬੱਬਰ ਸ਼ੇਰ ਜਿਹੜਾ ਮੈਂਬਰ ਪਾਰਲੀਮੈਂਟ ਉੱਥੇ ਲੋਕ ਸਭਾ ਦੇ ਵਿੱਚ ਗਰਜਦਾ, ਇੱਕੋ ਇੱਕ ਪੰਜਾਬ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਜਿਹੜਾ ਲੋਕ ਸਭਾ ਦੇ ਵਿੱਚ ਗਰਜਦਾ, ਬਾਕੀ ਤਾਂ ਕਈ ਸੌਂਕੇ ਆ ਜਾਂਦੇ ਨੇ। ਬੜੇ ਬੰਦੇ ਨੇ ਆਹ ਚੰਦੂ ਮਾਜਰੇ ਵਰਗੇ, ਬਿੱਟੂ ਵਰਗੇ, ਇਹ ਬਹੁਤ ਬੰਦੇ ਨੇ ਜਿਹੜੇ ਉੱਥੇ ਸਿਰਫ ਆਪਣੀ ਪੈਨਸ਼ਨ ਲੈਣ ਜਾਂਦੇ ਨੇ, ਪੈਨਸ਼ਨਾਂ ਦੇ ਚੱਕਰ ਦੇ ਵਿੱਚ ਇਹ ਬਸ ਟਾਈਮ ਪਾਸ ਕਰਕੇ ਆ ਜਾਂਦੇ ਨੇ। ਕਈ ਵਰਗ ਜਿਹੜੇ ਪੈਨਸ਼ਨ ਵਾਲੇ ਉਹ ਵੀ ਦੁਖੀ ਨੇਗੇ ਪੈਨਸ਼ਨਾਂ ਤੋਂ, ਕਿਉਂਕਿ ਇਹਨਾਂ ਨੇ ਕੋਈ ਚੀਜ਼ ਲਾਗੂ ਨਹੀਂ ਕੀਤੀ, ਨਾ ਤਾਂ ਕੋਈ ਪੇ ਸਕੇਲ ਦਾ ਮਲ ਇਹਨਾਂ ਨੇ ਸਿਸਟਮ ਲਾਗੂ ਕੀਤਾ, ਨਾ ਮੁਲਾਜ਼ਮ ਵੀ ਦੁਖੀ ਨੇ, ਸਾਰੇ ਕੋਈ ਟੈਂਕੀਆਂ 'ਤੇ ਬੈਠੇ ਨੇ, ਕੋਈ ਦਫ਼ਤਰਾਂ 'ਤੇ ਚੜ੍ਹੇ ਹੋਏ ਨੇ। ਭਗਵੰਤ ਮਾਨ ਜੀ ਨੇ ਕਹਿਤਾ ਵੀ ਮੁੱਖ ਮੰਤਰੀ ਕੀ ਨਹੀਂ ਕਰ ਸਕਦਾ, ਵੀ ਅਸੀਂ ਕਰਕੇ ਦਿਖਾਵਾਂਗੇ, ਕਿਸੇ ਨੂੰ ਟੈਂਕੀ 'ਤੇ ਚੜ੍ਹਨ ਦੀ ਲੋੜ ਨਹੀਂ, ਸਾਰਿਆਂ ਨਾਲ ਬਿਠਾ ਕੇ ਗੱਲਬਾਤ ਕਰਕੇ ਸਾਰੇ ਸਿੱਟੇ ਕੱਢਾਂਗੇ, ਜਲਦੀ ਹੀ ਤੁਹਾਡੇ ਜਿਹੜੇ ਸਿੱਟੇ ਸਾਰੇ ਆਉਣਗੇ। ਸੋ ਇਸ ਕਰਕੇ ਇੰਨੀ ਵਧੀਆ ਪੁਜੀਸ਼ਨ ਨਾਲ ਸਾਰੇ ਕੈਂਡੀਡੇਟ ਜਿੱਤਣਗੇ ਪੰਜਾਬ ਦੇ ਵਿੱਚ, ਇੱਕ ਮੈਜੋਰਟੀ ਦੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਬਣੇਗੀ ਪੂਰੀ ਮੈਜੋਰਟੀ ਲੈ ਕੇ ਆਵਾਂਗੇ ਅਸੀਂ। ਆਉਣ ਵਾਲੀ ਜਿਹੜੀ 20 ਤਰੀਕ ਹੈ, ਲੋਕਾਂ ਨੇ ਵੇਟ ਕਰ ਰਹੇ ਨੇ, ਲੋਕ ਕਹਿੰਦੇ ਕਦੋਂ 20 ਤਰੀਕ ਆਵੇ ਅਸੀਂ ਝਾੜੂ ਦਾ ਬਟਨ ਦੱਬੀਏ। ਸੋ ਇਸ ਕਰਕੇ ਲੋਕ ਬਹੁਤ ਜ਼ਿਆਦਾ ਉਤਾਵਲੇ ਨੇ, ਬਹੁਤ ਉਤਾਵਲੇ ਨੇ ਕਿ ਮੈਂ ਇੱਕ ਨਾਰਾ ਲਵਾਵਾਂਗਾ, ਆ ਲੋਕਾਂ ਦਾ ਜੋਸ਼ ਦੇਖ ਲਿਓ ਤੁਸੀਂ, ਸਰਦਾਰ ਕਲਵੰਤ ਸਿੰਘ, ਸਰਦਾਰ ਕਲਵੰਤ ਸਿੰਘ, ਆਮ ਆਦਮੀ ਪਾਰਟੀ, ਭਗਵੰਤ ਮਾਨ, ਕੇਜਰੀਵਾਲ ਜੀ, ਆ
आम आदमी पार्टी ये नहीं है भी किसी बुला के लिया गया। लोग पिंड आप हारे बहुत सड़क भरिया पे अजय भगवंत मान जी ने आना है उन्होंने आद्यान देख लियो किमें ट्रैफिक चल रही है मोहाली दे पूरा जाम वाली पोजिशन बनी हुई है। वो जिधर भी जाते हैं उन्होंने पूरे पंजाब घूमना है। अज उन्होंने मोहाली च 2 घंटे सानू टाइम दिता स फिर भी एक दिन असी होर टाइम मंगया साढ़े उम्मीदवार सरदार कुलवंत सिंह नूं कहा भी एक दिन फुल टाइम मोहाली वासियों नूं दे दिओ तो उन्हां दा धन्नवाद होएगा। सो इस करके मैं सारयां नूं अपील करदा भी तुसीं जिथे भी तुहाडे रिश्तेदार बैठे ने पंजाब दे विच फोन करो ताकि सरकार भी अपनी आम आदमी पार्टी दी बन सके। बहुत बहुत धन्नवाद।